ਹਾਂਜੀ ਸਰ, ਕੀ ਨਾਮ ਹੈ? ਮੇਰਾ ਨਾਮ ਸ਼ਮਸ਼ੇਰ ਸਿੰਘ, ਸੂਬਾ ਜਨਰਲ ਸਕੱਤਰ ਪੰਜਾਬ ਰੋਡਵੇਜ ਪਨ ਬੱਸ ਪੀ ਆਰ ਡੀ ਸੀ ਕੰਟਰੈਕਟ ਵਰਕਰ ਯੂਨੀਅਨ ਪੰਜਾਬ। ਅੱਜ ਜਿਹੜਾ ਗੇਟ ਰੈਲੀ ਕੀਤੀ ਜਾ ਰਹੀ, ਅੱਜ ਅਸੀਂ ਜਥੇਬੰਦੀ ਦੇ ਸੱਦੇ 'ਤੇ ਪੂਰੇ ਪੰਜਾਬ ਦੇ ਵਿੱਚ ਵੱਖ ਵੱਖ ਡੀਪੂਆਂ 'ਚ ਗੇਟ ਰੈਲੀਆਂ ਕਰਕੇ ਰੋਸ ਪ੍ਰਦਰਸ਼ਨ ਕਰ ਰਹੇ ਹਾਂ, ਔਰ ਕੱਲ੍ਹ ਦੁਪਹਿਰ ਤੋਂ ਬਾਅਦ ਬੱਸਾਂ ਦਾ ਚੱਕਾ ਜਾਮ ਕਰਕੇ ਮੁਕੰਮਲ ਹੜਤਾਲ ਕਰਕੇ 13 ਤਰੀਕ ਨੂੰ ਮੁੱਖ ਮੰਤਰੀ, ਸੀ ਐੱਮ ਹਾਊਸ ਅਤੇ ਵਿਧਾਨ ਸਭਾ ਨੂੰ ਕੂਚ ਕਰਾਂਗੇ ਮੋਹਾਲੀ ਦੇ ਵਿੱਚ ਵੱਡਾ ਜਿਹੜਾ ਇਕੱਠ ਕਰਕੇ। ਕਿਉਂ ਕੀਤੀ ਜਾ ਰਹੀ ਗੇਟ ਰੈਲੀ? ਬਿਲਕੁਲ, ਅਸੀਂ ਲੰਬੇ ਸਮੇਂ ਤੋਂ ਮੰਗ ਕਰਦੇ ਆ ਰਹੇ ਕਿ ਸਾਡੀਆਂ ਮੰਗਾਂ ਜਿਹੜੀਆਂ ਉਹ ਮੰਨੀਆਂ ਜਾਣ, ਲਾਗੂ ਕੀਤੀਆਂ ਜਾਣ, ਪਰ ਪਿਛਲੇ ਦਿਨੀ ਸਾਡੇ ਜਿਹੜੇ ਐਕਸ਼ਨਾਂ ਦੀ ਬਦੌਲਤ 26 ਜਨਵਰੀ ਦਾ ਅਸੀਂ ਪ੍ਰੋਗਰਾਮ ਰੱਖਿਆ ਸੀਗਾ ਜਿੱਥੇ ਸੀ ਐੱਮ ਸਾਹਿਬ ਮੀਟਿੰਗ ਨਹੀਂ ਕਰ ਸਕੇ, ਪਰ ਉਹਨਾਂ ਨੇ ਮੀਟਿੰਗ ਦਾ ਸਮਾਂ ਦਿੱਤਾ ਸੀਗਾ। ਉਸ ਤੋਂ ਪਹਿਲਾਂ ਸਾਡੇ ਅਧਿਕਾਰੀਆਂ ਨੇ ਮੀਟਿੰਗ ਕੀਤੀ ਜਿਹਦੇ 'ਚ ਟਰਾਂਸਪੋਰਟ ਮੰਤਰੀ, ਸੈਕਟਰੀ ਅਤੇ ਹੈੱਡ ਆਫਿਸ ਦੋਨਾਂ ਦੇ ਅਧਿਕਾਰੀ, ਜਿਹੜੀ 9 ਫਰਵਰੀ ਨੂੰ ਮੀਟਿੰਗ ਹੋਈ ਜਿਹਦੇ 'ਚ ਸਾਡੀਆਂ ਸਾਰੀਆਂ ਮੰਗਾਂ 'ਤੇ ਬੜੀ ਵਧੀਆ ਤਰੀਕੇ ਨਾਲ ਸਹਿਮਤੀ ਬਣੀ, ਪਰ ਸਾਨੂੰ ਸ਼ੰਕਾ ਸੀ ਵੀ ਕਿਤੇ ਨਾ ਕਿਤੇ ਸਾਡੇ ਅਧਿਕਾਰੀ ਜਿਹੜੀਆਂ ਉਹ ਮੰਗਾਂ ਨੂੰ ਤੋੜ ਮਰੋੜ ਕੇ ਪੇਸ਼ ਕਰਨਗੇ। ਅਸੀਂ ਉਸ ਸਮੇਂ ਵੀ ਆਪਣੇ ਟਰਾਂਸਪੋਰਟ ਮੰਤਰੀ, ਸੈਕਟਰੀ ਨੂੰ ਸਿੱਧ ਕਰ ਚੁੱਕੇ ਸੀ, ਪਰ ਹੋਇਆ ਉਹੀ ਕਿ ਜਿਹੜੀਆਂ ਮੰਗਾਂ ਤੁਰੰਤ ਲਾਗੂ ਹੋਣੀਆਂ ਸੀਗੀਆਂ, ਜਿਨ੍ਹਾਂ ਨੂੰ 1 ਮਹੀਨੇ ਬਾਅਦ ਲਾਗੂ ਕਰਨ ਦੀ ਬਜਾਏ ਉਹਨਾਂ ਨੂੰ ਤੋੜ ਮਰੋੜ ਕੇ ਲਾਗੂ ਕੀਤਾ ਗਿਆ, ਜਿੱਥੇ ਆਊਟ ਸ਼ੋਰਚ ਵਾਲੇ ਮੁਲਾਜ਼ਮ ਜਿਵੇਂ ਕੰਟਰੈਕਟ ਵਾਲੇ ਮੁਲਾਜ਼ਮ ਰਿਪੋਰਟਾਂ ਹੋ ਜਾਂਦੀਆਂ ਨਿੱਕੀਆਂ ਮੋਟੀਆਂ ਰੂਟੀਨ ਦੇ ਵਿੱਚ, ਜਿਵੇਂ ਸਵਾਰੀ ਵੱਧ ਹੋ ਜਾਂਦੀ ਹੈ, ਕਿਤੇ ਸਵਾਰੀ ਟਿਕਟ ਨਹੀਂ ਲੈਂਦੀ, ਅਤੇ ਉਹਨਾਂ ਨੂੰ ਕੰਟਰੈਕਟ ਵਾਲੇ ਮੁਲਾਜ਼ਮਾਂ ਨੂੰ ਪਹਿਲਾਂ ਦੇ ਆਊਟ ਸ਼ੋਰਚ 'ਤੇ ਜੁਆਇਨ ਕਰਾਉਣ ਦਾ ਪੱਤਰ ਜਾਰੀ ਕੀਤਾ। ਦੂਸਰੇ ਪਾਸੇ ਜਿਹੜੀਆਂ ਸਾਡੀ ਤਨਖਾਹ ਵਾਧੇ ਦੀਆਂ ਮੰਗਾਂ ਸੀਗੀਆਂ, ਠੇਕੇਦਾਰੀ ਪ੍ਰਥਾ ਨੂੰ ਖਤਮ ਕਰਨ ਦੀਆਂ ਮੰਗਾਂ ਸੀਗੀਆਂ, ਉਹ ਸਾਨੂੰ ਐਵੇਂ ਲੱਗਦਾ ਵੀ ਉਹਦੇ ਨਾਲ ਨਾਲ ਉਹ ਵੀ ਮੰਗਾਂ ਕਿਤੇ ਨਾ ਕਿਤੇ ਖਤਮ ਹੋ ਗਈਆਂ, ਕਿਉਂਕਿ ਕੰਟਰੈਕਟ ਵਾਲੇ ਮੁਲਾਜ਼ਮਾਂ ਨੂੰ ਕਿੱਥੇ ਆਊਟ ਸ਼ੋਰਚ 'ਤੇ ਜੁਆਇਨ ਕਰਾਉਣ ਦੀ ਗੱਲ ਆ ਰਹੀ ਆ, ਅਤੇ ਉੱਥੇ ਸਾਡੀ ਮੰਗ ਜਿਹੜੀ ਕੰਟਰੈਕਟ 'ਤੇ ਕਰਨ ਦੀ ਉਹ ਖਤਮ ਹੁੰਦੀ ਜਾਪਦੀ ਆ, ਅਤੇ ਨਾਲ ਹੀ ਜਿਹੜੇ ਤਨਖਾਹ ਵਾਧਾ ਦੇਣਾ ਮੁਲਾਜ਼ਮਾਂ ਨੂੰ, ਉਹ ਵੀ ਇਹ ਚਿੱਠੀ ਦੇ ਵਿੱਚ ਸਿੱਧ ਕਰਤਾ ਵੀ ਜਿਹੜੇ ਬਹਾਲ ਕਰਨ ਉਹਨਾਂ ਨੂੰ ਤਨਖਾਹ ਕੱਟ ਦੇਣੀਆਂ। ਇਹ 2-3 ਚੀਜ਼ਾਂ ਜਿਹੜੀਆਂ ਮਾਰੂ ਲੈ ਕੇ ਆਏ ਆ, ਜਿਹਦੇ ਨਾਲ ਪੂਰੇ ਸਮੁੱਚੇ ਪੰਜਾਬ ਦੇ ਮੁਲਾਜ਼ਮਾਂ ਦੇ ਵਿੱਚ ਰੋਸ ਪਾਇਆ ਗਿਆ, ਜਿਸ ਸੰਬੰਧੀ ਅਸੀਂ ਪ੍ਰੋਗਰਾਮਾਂ ਨੂੰ ਸਟੈਂਡ ਕੀਤਾ ਅਤੇ ਮੈਨੇਜਮੈਂਟ ਦੇ ਵਿਰੁੱਧ ਰੋਸ ਜ਼ਾਹਰ ਕੀਤਾ, ਕਿਉਂਕਿ ਸਾਡੇ ਦਫ਼ਤਰਾਂ ਦੇ ਕੁਝ ਅਧਿਕਾਰੀ ਜਿਹੜੇ ਆਪ ਮਤਲਬ ਤੋੜ ਮਰੋੜ ਕੇ ਲਾਗੂ ਕਰਦੇ ਆ, ਜਿਹੜੇ ਸਰਕਾਰ ਦੇ ਵਿਰੁੱਧ ਸਾਨੂੰ ਰੋਸ ਪ੍ਰਦਰਸ਼ਨ ਕਰਨ ਲਈ ਮਜਬੂਰ ਕਰਦੇ ਆ, ਕਿਉਂਕਿ ਪਿਛਲੀਆਂ ਸਰਕਾਰਾਂ ਦੇ ਸਮੇਂ ਕੀ ਹੁੰਦਾ ਸੀਗਾ ਕਿ ਸਰਕਾਰ ਮਾੜਾ ਜਿਹਾ ਸੰਕੇਤ ਦਿੰਦੀ ਸੀ ਅਤੇ ਅਧਿਕਾਰੀ ਲਾਗੂ ਕਰ ਦਿੰਦੇ ਸੀ, ਸਰਕਾਰ ਦਾ ਔਰ ਮੈਨੇਜਮੈਂਟ ਦੇ ਅਧਿਕਾਰੀਆਂ ਦਾ ਆਪਸੀ ਤਾਲਮੇਲ ਸਹੀ ਨਾ ਹੋਣ ਕਰਕੇ ਕਿਤੇ ਨਾ ਕਿਤੇ ਉਹਦੇ ਵਿੱਚ ਸਾਨੂੰ ਮਤਲਬ ਪੀਸਿਆ ਜਾ ਰਿਹਾ ਵੀ ਸਾਡੀਆਂ ਮੰਗਾਂ ਨੂੰ ਤੋੜ ਮਰੋੜ ਕੇ ਸਾਡੇ 'ਤੇ ਜਿਹੜੇ ਫੈਸਲੇ ਥੋਪੇ ਜਾ ਰਹੇ ਆ, ਜਿਹਦੇ ਕਰਕੇ ਸਾਨੂੰ ਰੋਸ ਪ੍ਰਦਰਸ਼ਨ 'ਤੇ ਜਾਣਾ। ਸਰ, ਜੇ ਤੁਸੀਂ ਹੜਤਾਲ ਕਰੋਗੇ ਲੇਕਿਨ ਆਮ ਪਬਲਿਕ ਤਾਂ ਪਰੇਸ਼ਾਨ ਹੋਏਗੀ ਸਰ? ਬਿਲਕੁਲ, ਅਸੀਂ ਆਮ ਪਬਲਿਕ ਤੋਂ ਮਾਫ਼ੀ ਚਾਹੁੰਦੇ ਹਾਂ, ਕਿਉਂਕਿ ਸਾਡੇ ਪਰਿਵਾਰ ਨੇ, ਸਾਡੇ ਪਰਿਵਾਰ ਹੀ ਬੱਸਾਂ 'ਚ ਸਫ਼ਰ ਕਰਦੇ, ਸਾਰੇ ਅਸੀਂ ਪੰਜਾਬ ਦੇ ਵਾਸੀ ਹਾਂ, ਅਤੇ ਅਸੀਂ ਉਹਨਾਂ ਤੋਂ ਮਾਫ਼ੀ ਵੀ ਚਾਹੁੰਦੇ ਹਾਂ ਅਤੇ ਉਹਨਾਂ ਤੋਂ ਆਸ ਵੀ ਕਰਦੇ, ਮੰਗ ਵੀ ਕਰਦੇ ਹਾਂ ਕਿ ਇਹ ਮੰਗਾਂ ਇਕੱਲੀਆਂ ਸਾਡੀਆਂ ਨਹੀਂ, ਇਹ ਮੰਗਾਂ ਆਮ ਲੋਕਾਂ ਦੀਆਂ ਨੇ, ਕਿਉਂਕਿ ਪੰਜਾਬ ਦੇ ਵਿੱਚ ਆਬਾਦੀ ਦੇ ਹਿਸਾਬ ਨਾਲ ਬੱਸਾਂ ਦੀ ਵੱਡੀ ਘਾਟ ਆ, ਸਾਡੇ ਨਾਲ ਦੀ ਸਟੇਟ ਹਰਿਆਣਾ ਜਿੱਥੇ ਕਿ ਸਾਡੇ ਨਾਲੋਂ ਆਬਾਦੀ ਬਹੁਤ ਘੱਟ ਆ, ਜਿੱਥੇ ਕਿ ਅੱਜ 5 ਤੋਂ 5.5 ਹਜ਼ਾਰ ਸਰਕਾਰੀ ਬੱਸਾਂ ਨੇ, ਅਤੇ ਸਾਡੇ ਵਿੱਚ ਪੰਜਾਬ ਦੇ ਵਿੱਚ ਆਬਾਦੀ ਉਹਨਾਂ ਨਾਲੋਂ 1.5 ਗੁਣਾ ਵੱਧ ਆ, ਪਰ ਜਿਹੜੀਆਂ ਬੱਸਾਂ ਦੀ ਗਿਣਤੀ ਉਹ 3 ਹਜ਼ਾਰ ਦੇ ਕਰੀਬ ਆ। ਦੂਜੇ ਪਾਸੇ ਜਿਹੜੇ ਮੁਲਾਜ਼ਮ ਆ, ਇੱਧਰ ਆਊਟ ਸ਼ੋਰਚ ਕੰਟਰੈਕਟ 'ਤੇ ਰੱਖੇ ਗਏ, ਕੱਚੇ ਮੁਲਾਜ਼ਮ ਰੱਖੇ ਗਏ, ਤਨਖਾਹਾਂ ਬਹੁਤ ਘੱਟ ਦਿੱਤੀਆਂ ਹੋਈਆਂ, ਨਾਲ ਦੀ ਸਟੇਟ 'ਚ ਰੈਗੂਲਰ ਮੁਲਾਜ਼ਮ ਰੱਖੇ ਜਾਂਦੇ ਆ। ਸੋ ਅਸੀਂ ਮੰਗ ਕਰਦੇ ਹਾਂ ਵੀ ਸਰਕਾਰ ਬੱਸਾਂ ਪਾਵੇ, ਲੋਕਾਂ ਦੀ ਮੰਗ ਆ ਕਿ ਬੱਸਾਂ ਪੈਣਗੀਆਂ, ਲੋਕਾਂ ਨੂੰ ਸਫ਼ਰ ਸਹੂਲਤ ਮਿਲੂਗੀ, ਸਾਡੇ ਜਿਹੜੇ ਬੱਚੇ ਪਿੰਡਾਂ 'ਚੋਂ ਪੜ੍ਹਨ ਲਿਖਣ ਵਾਸਤੇ ਕਾਲਜਾਂ 'ਚ ਆਉਂਦੇ ਆ ਉਹਨਾਂ ਨੂੰ ਜਿਹੜੀ ਸਹੂਲਤ ਆ ਉਹ ਨਰਵਿਘਨ ਮਿਲੂਗੀ, ਔਰਤਾਂ ਨੂੰ ਫ੍ਰੀ ਸਫ਼ਰ ਸਹੂਲਤ ਦਿੱਤਾ ਉਹਨਾਂ ਨੂੰ ਸਹੂਲਤ ਮਿਲੂਗੀ, ਨਾਲ ਹੀ ਜੇਕਰ ਨੌਕਰੀਆਂ ਰੈਗੂਲਰ ਹੋਣਗੀਆਂ ਅਤੇ ਜਿਹੜੇ ਸਾਡੇ ਪੰਜਾਬ ਦੇ ਬੱਚੇ ਨੇ ਉਹ ਬਾਹਰਲੀ ਕੰਟਰੀਆਂ ਵੱਲ ਨੂੰ ਨਾ ਜਾਣਗੇ, ਪੰਜਾਬ ਦੇ ਵਿੱਚ ਉਹਨਾਂ ਨੂੰ ਰੁਜ਼ਗਾਰ ਮਿਲੂਗਾ। ਕਿੰਨੀ ਦੇਰ ਤੱਕ ਧਰਨਾ ਰਹੂਗਾ? ਬਿਲਕੁਲ, ਅੱਜ ਸਾਡੀ ਗੇਟ ਰੈਲੀ ਹੈ ਜਿਹੜੀ ਲਗਭਗ 11:30 ਵਜੇ ਤੱਕ 2 ਘੰਟੇ ਦਾ ਸਮਾਂ ਹੁੰਦਾ ਉਹਦੇ ਚੱਲੂਗੀ, ਅਤੇ ਕੱਲ੍ਹ ਦੁਪਹਿਰ ਤੋਂ ਬਾਅਦ ਅਸੀਂ ਮੁਕੰਮਲ ਬੱਸਾਂ ਜਿਹੜੀਆਂ ਸਾਡੀਆਂ ਰੂਟ 'ਤੇ ਗਈਆਂ ਉਹਨਾਂ ਨੂੰ ਵਾਪਸ ਬੁਲਾ ਕੇ ਅਤੇ ਪਰਸੋਂ ਦੀ ਮੁਕੰਮਲ ਹੜਤਾਲ ਕਰਕੇ ਅਤੇ ਸਮੁੱਚੇ ਜਿਹੜੇ ਮੁਲਾਜ਼ਮ ਆ ਪਨ ਬੱਸ ਪੀ ਆਰ ਡੀ ਸੀ ਦੇ ਉਹਨਾਂ ਨਾਲ ਲੈ ਕੇ ਅਸੀਂ ਮਤਲਬ ਚੰਡੀਗੜ੍ਹ ਨੂੰ ਕੂਚ ਕਰਾਂਗੇ, ਮੋਹਾਲੀ ਦੇ ਵਿੱਚ ਵੱਡਾ ਇਕੱਠ ਕਰਕੇ ਵਿਧਾਨ ਸਭਾ ਵੱਲ ਨੂੰ ਕੂਚ ਕਰਾਂਗੇ। ਠੀਕ, ਧੰਨਵਾਦ।